ਨਮਸਤੇ ਬੱਚਿਓ, ਪ੍ਰੀ ਪ੍ਰਾਇਮਰੀ ਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਪੜ੍ਹੋ ਪੰਜਾਬ ਦੇ ਸਿਲੇਬਸ ਮੁਤਾਬਿਕ ਗਤੀਵਿਧੀ ਕਰਾਂਗੇ, ਜੋ ਕਿ ਆਪਣੀ ਅੱਜ ਗਤੀਵਿਧੀ ਆਈ ਹੋਈ ਹੈ ਉਹ ਕਰਾਂਗੇ। ਜੋ ਗਤੀਵਿਧੀ ਦਾ ਨਾਮ ਹੈ ਲੰਬਾ ਅਤੇ ਛੋਟਾ। ਲੰਬੇ ਵਸਤੂ ਅਤੇ ਛੋਟੇ ਵਸਤੂ ਬਾਰੇ ਬੱਚਿਆਂ ਨੂੰ ਪਛਾਣ ਕਰਾਣੀ ਹੈ, ਠੀਕ ਹੈ ਬੱਚਿਓ? ਤੇ ਤੁਸੀਂ ਇਹ ਪਛਾਣ ਕਰਨੀ ਵੀ ਹੈ ਗਤੀਵਿਧੀ ਰਾਹੀਂ। ਤੇ ਨਾਲ ਹੀ ਇੱਕ ਇਹ ਲੰਬੀ ਵਸਤੂ ਤੇ ਛੋਟੀ ਵਸਤੂ ਦੀ ਤੁਲਨਾ ਕਰਕੇ ਦੱਸਣਾ ਵੀ ਹੈ ਵੀ ਕਿਹੜੀ ਵੱਡੀ ਲੰਬੀ ਹੈ ਤੇ ਕਿਹੜੀ ਛੋਟੀ ਵਸਤੂ ਹੈ, ਠੀਕ ਹੈ ਬੱਚਿਓ? ਤੁਸੀਂ ਵੀ ਇਹ ਘਰੇ ਅੱਜ ਦੇਖਣਾ ਹੈ ਘਰੇ ਕੀ ਵਸਤੂਆਂ ਪਈਆਂ ਨੇ ਲੰਬੀਆਂ ਤੇ ਕਿਹੜੀਆਂ ਛੋਟੀਆਂ। ਹਾਂਜੀ, ਤੁਹਾਡੇ ਸਾਹਮਣੇ ਹੁਣ ਦੇਖੋ ਦੋ ਮੋਬਾਈਲ ਨੇ ਅਭੀ ਕੋਲ, ਇੱਕ ਲੰਬਾ ਤੇ ਇੱਕ ਛੋਟਾ। ਅਭੀ ਬੇਟਾ, ਲੰਬਾ ਕਿਹੜਾ ਮੋਬਾਈਲ ਹੈ ਦੱਸੋ? ਵੈਰੀ ਗੁੱਡ। ਔਰ ਛੋਟਾ ਮੋਬਾਈਲ ਕਿਹੜਾ ਹੈ? ਇਹ ਵਾਲਾ ਹੈ। ਵੈਰੀ ਗੁੱਡ। ਅੱਗੇ ਆਪਾਂ ਕਰਦੇ ਹਾਂ, ਹੁਣ ਦੇਖੋ ਅਭੀ ਕੋਲ ਦੋ ਬ੍ਰਸ਼ ਨੇ, ਇੱਕ ਬ੍ਰਸ਼ ਲੰਬਾ ਤੇ ਇੱਕ ਬ੍ਰਸ਼ ਛੋਟਾ। ਇਹਦੀ ਹੁਣ ਪਹਿਚਾਣ ਕਰਨੀ, ਤੁਲਨਾ ਕਰਨੀ ਹੈ ਵੀ ਕਿਹੜਾ ਵੱਡਾ ਹੈ ਤੇ ਕਿਹੜਾ ਛੋਟਾ ਹੈ, ਯਾਨੀ ਕਿ ਕਿਹੜਾ ਲੰਬਾ ਹੈ ਤੇ ਕਿਹੜਾ ਛੋਟਾ ਹੈ, ਠੀਕ ਹੈ ਬੱਚਿਓ? ਹੁਣ ਅੱਗੇ ਆਪਾਂ ਕਰਾਂਗੇ। ਹਾਂਜੀ ਬੇਟਾ, ਦੱਸੋ ਅਭੀ ਬੇਟਾ ਕਿਹੜਾ ਲੰਬਾ ਹੈ? ਵੈਰੀ ਗੁੱਡ। ਛੋਟਾ ਕਿਹੜਾ ਹੈ? ਇਹ ਵਾਲਾ। ਵੈਰੀ ਗੁੱਡ। ਹੁਣ ਤੁਸੀਂ ਬੱਚਿਓ ਇਹ ਵਾਲਾ। ਹਾਂਜੀ ਬੱਚਿਓ, ਹੁਣ ਦੇਖੋ ਇਹ ਹੈਗੇ ਨੇ ਮਾਰਕਰ, ਯਾਨੀ ਕਿ ਆਪਣੇ ਕੋਲ ਸਕੈਚ। ਇਹ ਦੋਨੇ ਇੱਕ ਲੰਬਾ ਤੇ ਇੱਕ ਛੋਟਾ। ਅਭੀ ਬੇਟਾ, ਛੋਟਾ ਕਿਹੜਾ ਹੈਗਾ ਸਕੈਚ, ਦੱਸੋ? ਹਾਂਜੀ, ਵੈਰੀ ਗੁੱਡ। ਔਰ ਲੰਬਾ ਕਿਹੜਾ ਸਕੈਚ ਹੈ? ਪੈਰਟ ਵਾਲਾ। ਪੈਰਟ ਵਾਲਾ, ਹਰੇ ਰੰਗ ਦਾ। ਹਾਂਜੀ ਬੱਚਿਓ, ਆ ਦੇਖੋ ਹੁਣ ਤੁਸੀਂ, ਇਹ ਹੈਗੇ ਨੇ ਕੰਘੀ ਤੇ ਕੰਘਾ ਵੀ ਕਹਿੰਦੇ ਨੇ ਜਿਹਨੂੰ। ਇੱਕ ਕੰਘਾ ਵੱਡਾ ਲੰਬਾ ਤੇ ਇੱਕ ਕੰਘਾ ਛੋਟਾ। ਹੁਣ ਅਭੀ ਬੇਟਾ ਕੋਲ ਪੁੱਛਾਂਗੇ ਵੀ ਕਿਹੜੇ ਛੋਟਾ ਹੈ ਤੇ ਕਿਹੜਾ ਲੰਬਾ। ਹੁਣ ਬੇਟਾ, ਕੰਘਾ ਕਿਹੜਾ ਲੰਬਾ ਹੈ? ਆ ਵਾਲਾ। ਵੈਰੀ ਗੁੱਡ। ਛੋਟੇ ਵਾਲੇ ਕੰਘਾ ਕਿਹੜਾ ਹੈ? ਇਹ ਵਾਲਾ। ਵੈਰੀ ਗੁੱਡ। ਬੱਚਿਓ, ਤੁਸੀਂ ਵੀ ਧਿਆਨ ਨਾਲ ਦੇਖਣਾ ਹੈ ਤੇ ਇਹਨੂੰ ਪਛਾਣ ਕਰਨੀ ਹੈ ਵੀ ਕਿਹੜਾ ਲੰਬਾ ਹੈ ਤੇ ਕਿਹੜਾ ਛੋਟਾ ਹੈ। ਹਾਂਜੀ ਬੱਚਿਓ, ਅੱਗੇ ਦੇਖੋ ਧਿਆਨ ਨਾਲ। ਇਹ ਹੈਗੇ ਨੇ ਕੱਪ, ਇੱਕ ਕੱਪ ਛੋਟਾ ਵਾਲਾ ਤੇ ਇੱਕ ਕੱਪ ਲੰਬੇ ਵਾਲਾ। ਹੁਣ ਆਪਾਂ ਇਹ ਵੀ ਗਤੀਵਿਧੀ ਵਿੱਚ ਕਰਾਂਗੇ, ਪਹਿਚਾਣਾਂਗੇ ਵੀ ਕਿਹੜਾ ਲੰਬਾ ਹੈ ਤੇ ਕਿਹੜਾ ਛੋਟਾ। ਹਾਂਜੀ ਬੇਟਾ, ਸਭ ਤੋਂ ਛੋਟਾ ਕਿਹੜਾ ਹੈਗਾ ਕੱਪ? ਇਹ ਵਾਲਾ। ਵੈਰੀ ਗੁੱਡ। ਸਭ ਤੋਂ ਵੱਡਾ ਲੰਬਾ ਕੱਪ ਕਿਹੜਾ ਹੈ? ਇਹ ਵਾਲਾ। ਵੈਰੀ ਗੁੱਡ, ਸ਼ਾਬਾਸ਼। ਵੈਰੀ ਗੁੱਡ ਬੱਚੇ, ਤੁਸੀਂ ਵੀ ਇਹ ਪਛਾਣ ਕਰਨੀ ਹੈ। ਹਾਂਜੀ ਬੱਚਿਓ, ਹੁਣ ਅੱਗੇ ਆਪਾਂ ਕਰਾਂਗੇ, ਦੇਖੋ ਪਾਊਡਰ ਜਿਹੜੇ ਆਪਾਂ ਗਰਮੀਆਂ ਚ ਲਗਾਉਂਦੇ ਪਏ ਆ, ਤੁਹਾਡੇ ਘਰ ਘਰ ਵਿੱਚ ਪਾਊਡਰ ਪਿਆ ਨੇ ਨਾ ਬੱਚਿਓ, ਉਹਨੂੰ ਵੀ ਧਿਆਨ ਨਾਲ ਦੇਖਣਾ ਹੈ ਵੀ ਕਿਹੜਾ ਛੋਟਾ ਹੈ ਤੇ ਕਿਹੜਾ ਲੰਬਾ ਹੈ। ਹੁਣ ਦੇਖੋ ਇਹਦੇ ਵਿੱਚ ਇੱਕ ਪਾਊਡਰ ਲੰਬਾ ਹੈ ਤੇ ਇੱਕ ਪਾਊਡਰ ਛੋਟਾ ਹੈ। ਹੁਣ ਅਭੀ ਬੇਟਾ ਕੋਲ ਆਪਾਂ ਫਿਰ ਦੁਬਾਰਾ ਪੁੱਛਦੇ ਹਾਂ ਵੀ ਦੱਸ ਸਕੇਗੀ ਕਿ ਨਹੀਂ ਦੱਸੇਗੀ, ਬੇਟਾ ਸਭ ਤੋਂ ਲੰਬਾ ਵਾਲਾ ਕਿਹੜਾ ਹੈ ਪਾਊਡਰ? ਵੈਰੀ ਗੁੱਡ। ਅਬ ਛੋਟੇ ਵਾਲਾ ਕਿਹੜਾ ਹੈ ਪਾਊਡਰ? ਵੈਰੀ ਗੁੱਡ। ਬੱਚਿਓ, ਤੁਸੀਂ ਵੀ ਧਿਆਨ ਨਾਲ ਅੱਜ ਆਪਣੇ ਆਪਣੇ ਘਰੇ ਦੇ ਵਿੱਚ ਦੇਖਣਾ ਹੈ ਵਸਤੂਆਂ ਚੀਜ਼ਾਂ ਜਿਹੜੀਆਂ ਪਈਆਂ ਨੇ ਵੀ ਕਿਹੜੀਆਂ ਲੰਬੀਆਂ ਨੇ ਤੇ ਕਿਹੜੀਆਂ ਛੋਟੀਆਂ ਨੇ, ਪਛਾਣ ਕਰਨੀ ਹੈ। ਬਾਏ ਬਾਏ ਬੱਚਿਓ, ਹੁਣ ਨੈਕਸਟ ਕਰਦੇ ਆਪਾਂ। ਹਾਂਜੀ ਬੱਚਿਓ, ਅੱਜ ਆਪਾਂ ਕਵਿਤਾ ਕਰਾਂਗੇ। ਪਹਿਲਾਂ ਆਪਾਂ ਇੱਕ ਗਤੀਵਿਧੀ ਕਰੀ ਸੀ ਲੰਬਾ ਤੇ ਛੋਟੇ ਬਾਰੇ, ਹੁਣ ਆਪਾਂ ਅੱਜ ਕਵਿਤਾ ਕਰਾਂਗੇ, ਠੀਕ ਹੈ ਬੱਚਿਓ? ਤੁਸੀਂ ਵੀ ਇਹ ਕਵਿਤਾ ਮੇਰੇ ਨਾਲ ਕਰਨੀ ਹੈ, ਠੀਕ ਹੈ ਬੱਚਿਓ? ਕਵਿਤਾ ਦਾ ਨਾਮ ਹੈ ਪਕੌੜਾ। ਕੀ ਨਾਮ ਹੈ? ਪਕੌੜਾ। ਪਕੌੜਾ ਤਾਂ ਤੁਸੀਂ ਬੱਚਿਓ ਦੇਖਿਆ ਹੀ ਹੋਵੇਗਾ, ਆਪਾਂ ਘਰੇ ਵੀ ਬਣਾਉਂਦੇ ਹਾਂ, ਵਿਆਹ ਸ਼ਾਦੀ 'ਤੇ ਵੀ ਖਾਂਦੇ ਹਾਂ, ਹੈ ਨਾ? ਖਾਂਦੇ ਹੋ ਨਾ? ਅਤੇ ਬੜਾ ਹੀ ਜੀ ਕਰਦਾ ਆਪਾਂ ਨੂੰ ਖਾਣ 'ਤੇ। ਹੁਣ ਆਪਾਂ ਅੱਜ
ਕਵਿਤਾ ਵੀ ਕਰਾਂਗੇ, ਤੇ ਤੁਸੀਂ ਇਹ ਕਵਿਤਾ ਨਾਲ ਨਾਲ ਯਾਦ ਵੀ ਕਰਨੀ ਹੈ, ਤੇ ਇਹਨੂੰ ਬੋਲਣਾ ਵੀ ਹੈ, ਤੇ ਯਾਦ ਕਰਕੇ ਸੁਣਾਉਣੀ ਵੀ ਹੈ ਕਰੇ ਮੰਮੀ ਪਾਪਾ ਨੂੰ। ਠੀਕ ਹੈ ਬੱਚਿਓ, ਪਕੌੜਾ। ਇਹ ਪਕੌੜਾ, ਇਹ ਪਕੌੜਾ, ਇਹ ਪਕੌੜਾ, ਇਹ ਪਕੌੜਾ, ਨਾ ਇਹ ਮਿੱਠਾ ਨਾ ਇਹ ਕੌੜਾ, ਨਾ ਇਹ ਮਿੱਠਾ ਨਾ ਇਹ ਕੌੜਾ, ਦੇਖ ਕੇ ਆਵਾਂ ਦੌੜਾ ਦੌੜਾ, ਦੇਖ ਕੇ ਆਵਾਂ ਦੌੜਾ ਦੌੜਾ, ਮਿਲ ਜਾਏ ਭਾਵੇਂ ਥੋੜਾ ਥੋੜਾ, ਮਿਲ ਜਾਏ ਭਾਵੇਂ ਥੋੜਾ ਥੋੜਾ, ਸਵਾਦ ਇਸ ਦਾ ਬੜਾ ਕਰਾਰਾ, ਸਵਾਦ ਇਸ ਦਾ ਬੜਾ ਕਰਾਰਾ, ਜੀ ਕਰਦਾ ਮੈਂ ਸਾਰਾ ਖਾ ਜਾ।